सत श्री अकाल जी सारिआं नूं, स्वागत है जी तुहाडा अज दी नवीं वीडियो दे विच। ते अज आपां गल करांगे जी ऑर्गेनिक बाग दे विच लगे हुए अनारां दे बूटियां दी। इंपोर्टेंट गल है जी, अनारां दे बूटियां नूं हुण फुल आ रहे ने, सारिआं नूं पता जी, घरां च वी लगे, लोकां दे खेतां च वी लगे हुए ने। ते जिहड़ी खास गल इह है जी, जे तुसीं चाहुंदे हो तुहाडे अनारां दा साइज़ अनार वधिया लगण, वधिया क्वालिटी दे अनार तुहाडे बूटे नूं लगण, तुसीं इक इक कम करना जी। अनारां दे फुल्लां नूं 30 अप्रैल तो बाद जिहड़े अनारां दे फुल नहीं रखने आपां। हुण जिहड़े फुल आ रहे ने इह 30 अप्रैल तक आउंदे ही रहणगे, ठीक है जी, बाद च वी आउणगे। पर जिहड़े फुल 30 अप्रैल तो बाद आउणगे उह फुल नवें फुल नहीं आपां रखणे। जिवें आपां अंगूरां दी गल करदे सी उदने, सारे बूटियां दी गल तां इक्को सेम ही हुंदी आ वी जिन्नी एनर्जी इहनां नूं मिलणी आ ਉਹ ਫਿਰ ਬਹੁਤਿਆਂ ਨੂੰ ਨਹੀਂ ਮਿਲਣੀ। ਜੇ ਇੱਕ ਬੂਟਾ ਕਿੰਨੇ ਕੁ ਨੂੰ ਤਾਕਤ ਦਊਗਾ, ਕਿੰਨੇ ਕੁ ਟਾਹਣੇ ਨੂੰ ਤਾਕਤ ਦਊਗਾ, ਕਿੰਨੇ ਕੁ ਫਲ ਨੂੰ ਤਾਕਤ ਦਊਗਾ। ਜਾਣੀ ਤੁਸੀਂ ਅਪ੍ਰੈਲ ਤੋਂ ਬਾਅਦ ਜਿਹੜਾ ਫੁੱਲ ਆ ਉਹ ਰੱਖਣਾ ਨਹੀਂ। ਆਹ ਫੁੱਲ ਲੱਗੇ ਵੇ ਨੇ, ਹਜੇ ਹੋਰ ਲੱਗਣਗੇ, ਸਾਰਾ ਫੁੱਲ ਆਹ ਦੇਖੋ, ਨਿੱਕੇ ਨਿੱਕੇ ਬਰੀਕ ਬਰੀਕ ਫੁੱਲ ਦੇਖੋ, ਆਹ ਲੱਗਣੇ, ਆਹ ਡੋਡੀਆਂ ਲੱਗੀਆਂ ਵੀ ਨੇ, ਇਹ ਸਾਰੇ ਫੁੱਲ ਲੱਗਣਗੇ, ਅਨਾਰ ਵੀ ਲੱਗਣਗੇ। 30 ਅਪ੍ਰੈਲ ਤੱਕ ਆਪਾਂ ਇਹਨਾਂ ਨੂੰ ਰੱਖਣਾ ਗਾ। 30 ਅਪ੍ਰੈਲ ਤੋਂ ਬਾਅਦ ਜਿਹੜਾ ਨਵਾਂ ਫੁੱਲ ਲੱਗੂਗਾ ਆਪਾਂ ਉਹ ਨਹੀਂ ਰੱਖਣਾ, ਇਹ ਨਹੀਂ ਤੋੜਨੇ ਕਿਤੇ ਭੁਲੇਖੇ ਨਾਲ, ਇਹ ਵੀ ਸਾਰੇ ਤੋੜ ਦਿਓ ਤਾਂ ਤੁਸੀਂ ਸਿਆਣੇ, ਮੈਨੂੰ ਪਤਾ। ਪਰ ਜਿਹੜਾ ਨਵਾਂ ਫੁੱਲ, ਕੋਈ ਮੰਨ ਲਓ 30 ਅਪ੍ਰੈਲ ਤੋਂ ਬਾਅਦ ਕੋਈ ਨਵਾਂ ਫੁੱਲ ਨਿਕਲਦਾ ਬਾਹਰ, ਮਈ ਮਹੀਨੇ ਦੇ ਵਿੱਚ ਕੋਈ ਫੁੱਲ ਬਾਹਰ ਆਉਂਦਾ ਨਵਾਂ ਨਵਾਂ ਫੁੱਲ ਉਗਰਦਾ, ਉਹ ਨਹੀਂ ਰੱਖਣਾ। ਬਸ ਇੰਨੇ ਜਿਹੜੇ ਜਿੰਨੇ ਫੁੱਲ ਅਪ੍ਰੈਲ ਤੱਕ ਲੱਗ ਗਏ ਉਹਨਾਂ ਨੂੰ ਹੀ ਰੱਖਣਾ, ਅਤੇ ਉਹਨਾਂ ਨੂੰ ਅਨਾਰ ਵੰਡ ਦੇ ਦੇਖਣਾ। ਇਹ ਵਧੀਆ ਕੁਆਲਿਟੀ ਦੇ ਨਾਲ ਤੁਸੀਂ ਚਾਹੁੰਦੇ, ਬਸ ਇਹ ਕੰਮ ਜ਼ਰੂਰ ਕਰਿਓ ਜੀ। ਧੰਨਵਾਦ।